ਅਸਲਾਮ ਵਾਲੇਕਮ ਜਨਾਬ, ਕੀ ਹਾਲ ਚਾਲ ਹੈ? ਸਵੀਰ ਵੱਲੋਂ ਭਰਾ ਜੀ, ਮਾਸ਼ਾਅੱਲਾ ਬਛਿੰਦਾ ਲੱਥਿਆ ਕਿਸੇ ਦਾ ਆ ਕੇ। ਅੱਜ ਮੈਂ ਘਰ ਨਹੀਂ ਸੀ ਹੈਗਾ ਵੀ, ਹਲੇ ਦਾਣਾ ਪਾਣੀ ਮੈਂ ਕੋਈ ਨਹੀਂ ਕੀਤਾ, ਖੁੱਡੇ ਅੰਦਰ ਤਾਂ ਬੰਦ ਨੇ। ਹੁਣ ਉੱਪਰ ਆਇਆ ਸੀ ਕਿ ਚਲੋ ਦਾਣਾ ਪਾਣੀ ਕਰਾਂ ਹਨੇਰੇ 'ਚ, ਮੋਬਾਈਲ ਦੀ ਲਾਈਟ ਆਨ, ਕਿ ਪਹਿਲੇ ਜਾਂਚ ਲਾਈਟਾਂ ਲੱਗੀਆਂ ਸੀ ਤਾਂ ਉਹ ਤਾਰ ਤੁਰ ਦਿੱਤੀਆਂ ਮੈਂ, ਅਤੇ ਇਹ ਥੱਲੇ ਕਿਸੇ ਦਾ ਬੱਚਾ ਉਤਰਿਆ ਵੇ, ਅਤੇ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਵੀਰਾਂ ਨੂੰ ਸ਼ੇਅਰ ਕੀਤੀ ਜਾਵੇ। ਭਰਾ ਜੀ, ਫਿਲ ਵਕਤ ਮੈਂ ਫਲੈਸ਼ ਲਾਈਟ ਔਫ ਕਰਨ ਲੱਗਾ, ਮੈਂ ਕਿਤੇ ਉੱਡੀ ਨਾ ਜਾਵੇ। ਹੈਗਾ ਤਾਂ ਨਿੱਕਾ ਜਿਹਾ ਪਰ ਤੇਜ਼ ਲੱਗ ਰਿਹਾ ਵੇ, ਧੋਣਾ ਐਂ ਘੁੰਮਾਉਂਦਾ ਪਿਆ ਵੇ। ਉਹ ਭਰਾ ਜੀ ਮਾਸ਼ਾਅੱਲਾ, ਬਾਬਾ ਜੀ ਡੈਡੀ, ਮਜ਼ਾ ਹੀ ਆ ਗਿਆ ਅੱਜ ਤਾਂ, ਚੰਗਾ ਹੀ ਹੋਇਆ ਦਾਣਾ ਨਹੀਂ ਸੀ ਪਾਇਆ ਅੱਜ। ਅਸੀਂ ਭਰਾ ਜੀ ਤੁਹਾਡਾ ਵੀਰ ਗਿਆ ਹੋਇਆ ਸੀ ਅਤੇ ਹੁਣ ਆਇਆ ਵਾਪਸ, ਮੈਂ ਚਲੋ ਜਾ ਕੇ ਦਾਣਾ ਪਾਣੀ ਕਰੀਏ, ਨਜ਼ਰ ਵੀ ਮੈਂ ਕਿਹਾ ਬਛਿੰਦਾ ਬੈਠਾ ਬਾਹਰ ਦਾ। ਚਲੋ ਭਰਾ ਜੀ ਘੱਪੋ ਇਹਨੂੰ ਫਿਰ। ਲਓ ਬਾਬਾ ਜੀ ਡੈਡੀ ਆ ਗਏ ਜੀ ਵਰਤੇ, ਡੈਡੀ ਕਲਾਸ ਬੱਚਾ ਚੰਗਾ ਬਣਿਆ ਪਰਵਾਜ਼ੀ। ਇਹ ਚੇਂਜ ਦੇ ਕੋਲ ਪੀਲਾ ਖੱਟਾ ਜਿਹਾ ਰੰਗ ਲੱਗਾ ਵੇ, ਮਾਸ਼ਾਅੱਲਾ। ਇਹਦਾ ਸਲੇਠੀ ਕੜਾ ਚੈੱਕ ਕਰੋ, ਡੇਲੇ ਦੇ ਜੇ ਪੁਤਲੀ ਦੇ ਉੱਪਰ, ਨੂਰ ਦੇ ਉੱਪਰ ਚੰਗਾ ਬੱਚਾ ਬਣਿਆ ਵੇ ਡਾਉਣ ਵਾਲਾ। ਇਹ ਭਰਾ ਜੀ ਮਾਸ਼ਾਅੱਲਾ ਬੜਾ ਜ਼ੋਰ ਏ, ਇਹ ਪੱਲੇ ਦਾ ਸ਼ੌਕ ਕਰ ਲਓ, ਮਾਸ਼ਾਅੱਲਾ ਤਕੜਾ ਬੱਚਾ ਹੈ। ਇਹ ਦੂਸਰੀ ਸਾਈਡ ਦਾ ਇਹ ਭਰਾ ਜੀ ਪੰਜਾਂ ਦਾ ਸ਼ੌਕ ਕਰ ਲਓ। ਇਹ ਸੀ ਬਾਬਾ ਜੀ ਹਨੇਰੇ ਵਾਲੀ ਚਿੜੀ ਮਾਰੀ, ਇਹ ਜਨਾਬ। ਠੀਕ ਹੈ ਭਰਾ ਜੀ, ਥੋੜ੍ਹੀ ਜਿਹੀ ਬ੍ਰੇਕ ਲਾਈਏ ਕਿਉਂਕਿ ਅਜ਼ਾਨ ਸ਼ੁਰੂ ਹੋ ਗਈ ਹੈ ਅਜ਼ਾਨਾਂ, ਅਤੇ ਅਜ਼ਾਨਾਂ ਤਰ੍ਹਾਂ ਮੈਂ ਵੀਡੀਓ ਵਗੈਰਾ ਨਹੀਂ ਬਣਾਉਂਦਾ, ਭੁਲੇਖੇ ਨਾਲ ਕੋਈ ਬਣ ਜਾਵੇ ਤਾਂ ਬਣ ਜਾਵੇ, ਅੱਲਾ ਮਾਫ਼ ਕਰੇ, ਮਾਫ਼ੀ ਚਾਹੁੰਦਾ ਅੱਲਾ ਪਾਕ ਤੋਂ। ਠੀਕ ਹੈ ਭਰਾ ਜੀ, ਵੇਟ ਕਰਕੇ ਬਾਕੀ ਵੀਡੀਓ ਫਿਰ ਮੈਂ ਕੰਪਲੀਟ ਕਰਦਾ। ਅੱਜ ਕੁਦਰਤੀ ਤੌਰ 'ਤੇ ਮਾਸ਼ਾਅੱਲਾ ਦਾਣਾ ਨਹੀਂ ਸੀ ਪਾਇਆ, ਅਤੇ ਉੱਪਰ ਆਇਆ ਤਾਂ ਵੇਖਿਆ ਬੱਚਾ ਬੈਠਾ, ਪਹਿਲੇ ਮੈਨੂੰ ਨਹੀਂ ਪਤਾ ਲੱਗਾ, ਮੈਂ ਜੋ ਲੈ ਲੂਟ ਮਾਰੀ ਮੈਂ ਕੋਇਆ ਕਿੰਦਾ ਬੈਠਾ, ਫਿਰ ਮੈਂ ਜ਼ਿਹਨ 'ਚ ਮੈਂ ਕਿਹਾ ਯਾਰ ਚਲੋ ਵੀਰਾਂ ਨੂੰ ਸਿਚੁਏਸ਼ਨ ਸ਼ੇਅਰ ਕੀਤੀ ਜਾਵੇ। ਇਹ ਭਰਾ ਜੀ ਮਾਸ਼ਾਅੱਲਾ ਅੱਜ ਦੀ ਪਹਿਲੀ ਚਿੜੀ ਮਾਰੀ, ਸਾਰੇ ਦਿਨ ਬਿਜ਼ੀ ਰਿਹਾ ਵਾਂ। ਹਾਂ, ਇੱਕ ਸੁਬਾਹ ਮੈਂ ਸ਼ਿਕਾਰ ਜਿਹਾ ਡੱਕਿਆ ਸੀ ਨਾ, ਉਹ ਆਪਣਾ ਡੱਬ ਨੂੰ ਕਹੀ ਦਿਆ, ਇੱਕ ਭਾਈ ਨੇ ਦੱਸਿਆ ਵੇ, ਉਹ ਭਰਾ ਜੀ ਡੱਕਿਆ ਅਤੇ ਮੈਂ ਚਲ ਗਿਆ ਸੀ ਜ਼ਰਾ ਇੱਕ ਬੋਰਡ ਦੇ ਆਫਿਸ, ਉੱਥੋਂ ਭਰਾ ਜੀ ਵਿਹਲੇ ਹੋ ਕੇ ਹੁਣ ਆਏ ਹਾਂ। ਚੱਲ ਬੇਟਾ, ਅਤੇ ਜਿਸ ਵੀਰ ਭਰਾ ਲੱਗੇ ਚੈਨਲ ਸਬਸਕ੍ਰਾਈਬ ਕਰਦਾ ਚੈਨਲ ਲਾਜ਼ਮੀ ਸਬਸਕ੍ਰਾਈਬ ਕਰ ਲਓ, ਅਤੇ ਵੀਰ ਭਰਾਵਾਂ ਗੁਜ਼ਾਰਿਸ਼ ਹੈ ਕਿ ਵੀਡੀਓ ਲਾਜ਼ਮੀ ਲਾਈਕ ਕਰ ਲੈਣ, ਲਾਜ਼ਮੀ ਭਰਾ ਜੀ 110% ਲਾਈਕ ਕਰਦਿਆ ਕਰੋ। ਇਹ ਸੀ ਜਨਾਬ ਅੱਜ ਦੀ ਸੈਕਿੰਡ ਚਿੜੀ ਮਾਰੀ, ਜੇ ਦੇਖੀ ਜਾਵੇ ਤਾਂ ਇੱਕ ਭਰਾ ਜੀ ਟੱਪ ਦੇ ਉੱਤੇ ਫੜੀ ਚਿੜੀ ਮਾਰੀ ਉੱਗੀ, ਅਤੇ ਦੂਜਾ ਹੁਣ ਬੱਚਾ ਡੱਕਿਆ ਜੇ, ਆਏ ਤੇਜ਼ ਉਂਗਲ ਕਿਤੇ ਹੈ। ਠੀਕ ਹੈ ਭਰਾ ਜੀ, ਜ਼ੁਲਮ ਹੋ ਜਾਏਗਾ। ਓ ਗਏ ਭਰਾ ਜੀ, ਆਪਣੇ ਵੀਰ ਨੂੰ ਦੋਵੋ ਇਜਾਜ਼ਤ, ਅੱਲਾ ਹਾਫਿਜ਼, ਅੱਲਾ ਨੇਕਮਾਨ। ਭਰਾ ਜੀ ਭੁੱਖ ਬੜੀ ਲੱਗੀ ਜੇ, ਥੱਲੇ ਜਾ ਕੇ ਬਿਰਿਆਨੀ ਖਾਈ, ਬਿਰਿਆਨੀ ਪੱਕੀ ਅੱਜ।